ਕਿਸਾਨ ਭਰਾਵੋ, ਅੱਜ ਦੇ ਇਸ ਵੀਡੀਓ ਦੇ ਵਿੱਚ ਚਾਰ ਗੱਲਾਂ ਆਪਾਂ ਕਰਾਂਗੇ। ਜੇ ਤੁਸੀਂ ਹੈਪੀ ਸੀਡਰ ਨਾਲ ਕਣਕ ਬੀਜਣੀ ਹੈ ਤਾਂ ਕਿਹਨਾਂ ਚਾਰ ਗੱਲਾਂ ਦਾ ਧਿਆਨ ਰੱਖਣਾ? 4 ਮਿੰਟ ਦਾ ਇਹ ਵੀਡੀਓ ਹੈ। ਅਤੇ ਸਭ ਤੋਂ ਪਹਿਲੀ ਗੱਲ, ਜੇਕਰ ਹੈਪੀ ਸੀਡਰ ਨਾਲ ਕਣਕ ਬੀਜਣੀ ਹੈ ਤਾਂ ਖੇਤ ਦੇ ਵਿੱਚ ਮਲਚਰ ਨਾ ਮਾਰੋ। ਇਸ ਦੇ ਸਾਨੂੰ 2 ਨੁਕਸਾਨ ਨੇ। ਪਹਿਲਾ, ਜਿਹੜਾ ਸਾਡਾ ਖਰਚਾ ਪੈ ਜਾਂਦਾ 1000 ਰੁਪਈਏ ਕਿੱਲੇ ਦੇ ਹਿਸਾਬ ਨਾਲ, ਅਤੇ ਦੂਜਾ, ਜੇਕਰ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਭਾਰੀਆਂ ਨੇ ਤਾਂ ਉੱਥੇ ਪਹਿਲੇ ਪਾਣੀ ਦੇ ਉੱਤੇ ਜਦੋਂ ਪਾਣੀ ਲੱਗਦਾ ਕਣਕ ਨੂੰ ਤਾਂ ਕਣਕ ਜਿਹੜੀ ਪੀਲੀ ਪੈਣ ਦੀ ਜਿਹੜੀ ਸ਼ਿਕਾਇਤ ਹੈ ਉਹ ਆ ਸਕਦੀ ਹੈ। ਤਾਂ ਕਰਨਾ ਕੀ ਹੈ, ਸੁਪਰ SMS ਲੱਗੀ ਜਿਹੜੀ ਕੰਬਾਈਨ ਹੈ ਉਸ ਤੋਂ ਵਾਢੀ ਕਰਾਓ, ਅਤੇ ਜਿਹੜੇ ਖੜ੍ਹੇ ਖਰਚੇ ਨੇ ਉਸ ਦੇ ਵਿੱਚ ਹੈਪੀ ਸੀਡਰ ਦੇ ਨਾਲ ਕਣਕ ਬੀਜੋ। ਦੂਜੀ ਗੱਲ, ਬਿਜਾਈ ਸਮੇਂ ਇਹ ਧਿਆਨ ਰੱਖੋ ਕਿ ਖੇਤ ਦੇ ਵਿੱਚ ਜਿਹੜੇ ਗਿੱਲ ਹੈਗੀ ਹੈ ਉਹ ਕੂਲਾ ਵੱਤਰ ਹੋਣਾ ਚਾਹੀਦਾ। ਆਮ ਰਵਾਇਤੀ ਢੰਗ ਨਾਲੋਂ ਜਦੋਂ ਆਪਾਂ ਬੀਜਦੇ ਹਾਂ ਕਣਕ, ਉਸ ਦੇ ਨਾਲੋਂ ਵੱਤਰ ਜ਼ਿਆਦਾ ਹੋਣਾ ਚਾਹੀਦਾ। ਅਤੇ ਜਿਹੜੀ ਬੀਜ ਦੀ ਡੂੰਘਾਈ ਹੈ 1.5 ਇੰਚ, ਇਸ ਤੋਂ ਜ਼ਿਆਦਾ ਨਾ ਰੱਖੋ। ਉਹਦਾ ਜਿਹੜਾ, ਜੇ ਵੱਧ ਡੂੰਘਾਈ ਰੱਖਦੇ ਹਾਂ ਤਾਂ ਜਿਹੜਾ ਜੰਮ ਹੈਗਾ ਉਹ ਘਟਦਾ। ਬਹੁਤ ਸਾਰੀਆਂ ਜਗ੍ਹਾ 'ਤੇ ਜਿੱਥੇ ਵੀ ਅਸੀਂ ਗਏ ਹਾਂ, ਜਿੱਥੇ ਜੰਮ ਦੀ ਸ਼ਿਕਾਇਤ ਆਈ ਹੈ ਤਾਂ ਉੱਥੇ ਇਹੀ ਸਾਹਮਣੇ ਆਇਆ ਵੀ ਜੀ, ਖੇਤ ਥੋੜ੍ਹਾ ਖੁਸ਼ਕ ਸੀ, ਨੀਚੇ ਗਿੱਲ ਜ਼ਿਆਦਾ ਸੀ ਤਾਂ ਥੋੜ੍ਹੀ ਜਿਹੀ ਡੂੰਘੀ ਬੀਜਤੀ। ਤਾਂ ਇਸ ਜਿਹੜੀ ਗੱਲ ਤੋਂ, ਇਹ ਗਲਤੀ ਤੋਂ ਬਚੋ, ਇਹ ਕੰਮ ਨਾ ਕਰੋ। ਇਸ ਤੋਂ ਬਾਅਦ ਜਦੋਂ ਕਣਕ ਪਹਿਲੇ ਪਾਣੀ 'ਤੇ ਆਉਂਦੀ ਹੈ ਉਦੋਂ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਕਣਕ ਦਾ ਬੂਟਾ ਛੋਟਾ ਹੁੰਦਾ ਪਹਿਲੇ ਪਾਣੀ 'ਤੇ, ਅਤੇ ਜਿਹੜਾ ਪਰਾਲ ਹੈ ਉਹ ਵੀ ਸੁੱਖ ਨਾਲ ਚੰਗਾ ਪਿਆ ਹੁੰਦਾ, ਅਤੇ ਨਾਲ ਜਿਹੜਾ ਮੌਸਮ ਹੈ ਵੀ ਸੂਰਜ ਦੇ ਦਰਸ਼ਨ ਨਹੀਂ ਹੁੰਦੇ ਕਈ ਕਈ ਦਿਨ। ਤਾਂ ਉਸ ਹਾਲਤਾਂ 'ਚ ਜੇ ਪਾਣੀ ਭਾਰੀ ਲੱਗ ਜਾਂਦਾ ਤਾਂ ਕਣਕ ਜਿਹੜੀ ਹੈਗੀ ਹੈ ਰੋਕਣ ਦੀ ਜਾਂ ਪੀਲੀ ਪੈਣ ਦੀ ਸਮੱਸਿਆ ਆ ਸਕਦੀ ਹੈ। ਕਰਨਾ ਕੀ ਹੈ, ਖੇਤ ਦੇ ਵਿੱਚ, ਕਿੱਲੇ ਦੇ ਖੇਤ ਦੇ ਵਿੱਚ ਤਵੀਆਂ ਵਾਲੇ ਜਿੰਦਰੇ ਨਾਲ 2 ਵੱਟਾਂ, 1 ਜਾਂ 2 ਵੱਟਾਂ ਜ਼ਰੂਰ ਪਾਓ, ਅਤੇ ਪਹਿਲਾਂ ਪਾਣੀ ਹਲਕਾ ਲਾਓ। ਹਲਕਾ ਲਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਕਿ ਪਾਣੀ ਥੋੜ੍ਹਾ ਜਿਹਾ ਚੜ੍ਹਾ ਕੇ ਲਾਓ, ਜਦੋਂ ਕਣਕ ਪਾਣੀ ਮੰਗਣ ਲੱਗ ਜੇ ਜਾਂ ਕਣਕ ਦਾ ਜਿਹੜਾ ਪੱਤਾ ਉਹ ਕੁਮਲਾਉਣ ਲੱਗ ਜੇ ਉਦੋਂ ਪਾਣੀ ਲਾਓ। ਇਸ ਤੋਂ ਬਾਅਦ ਅਖੀਰਲੀ ਗੱਲ, ਚੌਥੀ, ਖਾਦਾਂ ਦਾ ਪ੍ਰਬੰਧ ਕਿਵੇਂ ਕਰਨਾ। ਤਾਂ ਸਾਡੇ ਕੋਲ 2 ਤਰੀਕੇ ਨੇ। ਇੱਕ, ਜੇ ਤਾਂ ਤੁਹਾਡਾ ਵਾਹਣ ਰੇਸਲਾ ਜਾਂ ਹਲਕੀਆਂ ਜ਼ਮੀਨਾਂ ਨੇ, ਉੱਥੇ ਸਾਨੂੰ ਪਤਾ ਵੀ ਸਾਡੇ 60 ਦਿਨਾਂ ਦੇ ਵਿੱਚ, 65 ਦਿਨਾਂ ਦੇ ਵਿੱਚ 2 ਪਾਣੀ ਲੱਗ ਜਾਣੇ ਨੇ, ਤਾਂ ਪਹਿਲੇ ਪਾਣੀ ਤੋਂ ਪਹਿਲਾਂ 40 ਕਿਲੋ ਦਾ ਯੂਰੀਆ ਦਾ ਛੇਟਾ ਅਤੇ ਦੂਜੇ ਪਾਣੀ ਤੋਂ ਪਹਿਲਾਂ 40 ਕਿਲੋ ਯੂਰੀਆ ਦਾ ਛੇਟਾ ਦੇਣਾ। ਅਤੇ ਇਹਦੇ ਨਾਲ ਜਿਹੜਾ ਹੈਗਾ, ਪਾਣੀ ਜਿਹੜਾ ਲਾਉਣ ਤੋਂ ਪਹਿਲਾਂ ਯੂਰੀਆ ਦਾ ਛਿੱਟਾ ਦੇਣਾ, ਫਿਰ ਪਾਣੀ ਲਾਉਣਾ ਮਗਰੀ ਮਗਰ। ਅਤੇ ਜੇਕਰ ਵਾਹਣ ਡਾਕਰ ਨੇ, ਜਿੱਥੇ ਸਾਨੂੰ ਪਤਾ ਵੀ ਪਹਿਲਾਂ ਜਿਹੜਾ ਪਾਣੀ ਆ ਉਹੀ ਬਹੁਤ ਲੇਟ ਲੱਗਦਾ, ਤਾਂ ਉੱਥੇ ਆਪਣੇ ਖੇਤ ਦੀ ਮਿੱਟੀ ਦੇ ਹਿਸਾਬ ਨਾਲ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਜਦੋਂ ਝੋਨਾ ਬੀਜਣਾ, ਕਣਕ ਬੀਜਣੀ ਹੈ ਝੋਨੇ ਦੇ ਵਿੱਚ, ਉਦੋਂ ਹੀ ਯੂਰੀਏ ਦਾ 33 ਕਿਲੋ ਦਾ ਛਿੱਟਾ ਦੇ ਦਿਓ, ਅਤੇ ਪਹਿਲੇ ਪਾਣੀ ਉੱਤੇ ਬਾਕੀ ਜਿਹੜੀ ਬਚਦੀ ਯੂਰੀਆ ਦੀ ਜਿਹੜੀ ਕਿਸ਼ਤ ਹੈ ਉਹ ਦੇ ਸਕਦੇ ਹੋ। ਟੋਟਲ ਅਸੀਂ 80 ਕਿਲੋ ਯੂਰੀਆ ਪਾਉਣਾ, ਜੇ 33 ਪਹਿਲਾਂ ਪਾਤਾ ਤਾਂ ਬਾਕੀ 47 ਕਿਲੋ ਜਿਹੜਾ ਹੈਗਾ ਉਹ ਪਹਿਲੇ ਪਾਣੀ 'ਤੇ ਅਸੀਂ ਪਾ ਸਕਦੇ ਹਾਂ। ਜਦੋਂ ਵੀ ਪਾਣੀ, ਪਹਿਲਾ ਪਾਣੀ ਲੱਗਦਾ 40 ਦਿਨਾਂ 'ਤੇ ਲੱਗਦਾ, 35 'ਤੇ ਲੱਗਦਾ, 45 'ਤੇ ਲੱਗਦਾ, ਉਸ ਹਿਸਾਬ ਨਾਲ ਜਿਹੜੀ ਹੈਗੀ ਆ ਤੁਸੀਂ ਜਿਹੜਾ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਸਕਦੇ। ਇਸ ਤੋਂ ਇਲਾਵਾ ਸੁੰਡੀ
ਦੀ ਜਿਹੜੀ ਸ਼ਿਕਾਇਤ ਹੈ ਕੁਛ ਇਲਾਕਿਆਂ 'ਚ ਆਈ ਹੈ, ਖਾਸ ਕਰਕੇ ਜਿੱਥੇ ਪੂਸਾ 44 ਜਿਹੜੀਆਂ ਵਰਾਇਟੀਆਂ ਵਰਗੀਆਂ ਵਰਾਇਟੀਆਂ ਨੇ ਉਹ ਲੱਗਦੀਆਂ ਨੇ, ਉੱਥੇ ਜਿਹੜਾ ਸੁੰਡੀ ਦਾ ਸੁਣਨ ਦੇ ਵਿੱਚ ਆਇਆ ਤਾਂ ਦੋ ਤਰ੍ਹਾਂ ਦੀ ਸੁੰਡੀ, ਗੁਲਾਬੀ ਸੁੰਡੀ ਅਤੇ ਜਿਹੜਾ ਆਰਮੀ ਵੋਰਮ ਹੈ ਉਹਦਾ ਜਿਹੜਾ ਅਟੈਕ ਹੋ ਸਕਦਾ। ਅਤੇ ਇਹਦੇ ਲਈ ਖੇਤ ਦੀ ਨਿਗਰਾਨੀ ਕਰਦੇ ਰਹੋ, ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਾਡੇ ਕੋਲ ਜਿਹੜੀਆਂ ਦਵਾਈਆਂ ਉਪਲਬਧ ਨੇ ਜਿਸ ਦੇ ਨਾਲ ਇਹਦਾ ਜਿਹੜਾ ਸਿੱਝੇ ਜਿਹੜਾ ਹੈਗਾ ਕੰਟਰੋਲ ਉਹ ਕੀਤਾ ਜਾ ਸਕਦਾ। ਆਹ ਤੁਸੀਂ ਇੱਕ ਖੇਤ ਦੇਖ ਰਹੇ ਹੋ ਜਿਸ ਦੇ ਵਿੱਚ ਪਹਿਲਾ ਜਿਹੜਾ ਪਾਣੀ ਹੈ ਉਹ ਲੱਗ ਚੁੱਕਿਆ ਅਤੇ ਜਿਹੜੀ ਕਣਕ ਹੈਗੀ ਹੈ ਇਹ ਵਧੀਆ ਲਾਈਨਾਂ ਦੇ ਵਿੱਚ ਦਿਖ ਰਹੀ ਹੈ। ਕਿਸਾਨ ਭਰਾਵੋ, ਪੰਜਾਬ ਦੇ ਵਿੱਚ 12.5 ਲੱਖ ਏਕੜ ਤੋਂ ਉੱਪਰ ਜਿਹੜਾ ਰਕਬਾ ਹੈ ਉਹ ਹੈਪੀ ਸੀਡਰ ਦੇ ਨਾਲ ਬੀਜਿਆ ਜਾ ਰਿਹਾ ਹੈ ਅਤੇ ਬਹੁਤ ਹੀ ਜਿਹੜੇ ਕਿਸਾਨ ਨੇ ਇਹਦੇ ਜਿਹੜਾ ਲਾਹਾ ਲੈ ਰਹੇ ਨੇ। ਅਤੇ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਇਹ ਗੱਲਾਂ ਦਾ ਧਿਆਨ ਰੱਖੋ ਅਤੇ ਹੈਪੀ ਸੀਡਰ ਦਾ